ਤੁਸੀਂ ਦੇਖ ਸਕਦੇ ਹੋ ਅੰਦਰੂਨੀ ਭੀੜ ਭਾੜ ਵਾਲਾ ਇਲਾਕਾ ਵਾ, ਤੰਗ ਗਲੀਆਂ ਵਾ। ਉਸ ਗਲੀਆਂ ਦੇ ਵਿੱਚ 150 ਸਾਲ ਪੁਰਾਣੀ ਦੁਕਾਨ ਆ। ਇਸ ਦੁਕਾਨ ਦੇ ਉੱਤੇ ਸਾਉਣ ਮਹੀਨੇ ਦੇ ਵਿੱਚ 4 ਤੋਂ 5 ਦਿਨ, ਯਾਨੀ ਕਿ ਜੇਕਰ ਸਾਉਣ ਮਹੀਨੇ ਦੇ ਵਿੱਚ 4 ਰਵੀਵਾਰ ਆਣਗੇ ਤਾਂ 4 ਦਿਨ, ਜੇ 5 ਆਣਗੇ ਤੇ 5 ਦਿਨ ਇੱਕ ਸ਼ੈ ਮਿਲੇਗੀ। ਅੰਦਰਸੇ ਬੰਦੇ ਨੇ ਜਿਹੜੇ ਸਾਉਣ ਮਹੀਨੇ ਦੇ ਵਿੱਚ ਲੋਕ ਆਪਣੇ ਘਰ ਲੈ ਕੇ ਜਾਂਦੇ ਨੇ, ਆਪਣੇ ਰਿਸ਼ਤੇਦਾਰਾਂ ਨੂੰ ਭੇਜਦੇ ਨੇ। ਇਹ ਦੁਕਾਨ ਨੇ 150 ਸਾਲ ਦੇ ਕਰੀਬ ਪੁਰਾਣੀ ਦੁਕਾਨ ਆ, ਤਾਂ ਜ਼ਰੂਰ ਅਸੀਂ ਉੱਥੇ ਵੀ ਲੈ ਕੇ ਚੱਲਾਂਗੇ ਜਿੱਥੇ ਅੰਦਰਸੇ ਜਿਹੜੇ ਤਿਆਰ ਕੀਤੇ ਜਾਂਦੇ ਨੇ। ਪੁਰਖਾਂ ਦਾ ਕੰਮ ਆ, ਪਹਿਲਾਂ ਫਾਦਰ ਸਾਹਿਬ ਕਰਦੇ ਸੀ, ਉਸ ਤੋਂ ਪਹਿਲਾਂ ਦਾਦਾ ਜੀ ਕਰਦੇ ਸੀ। ਲਗਾਤਾਰ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਕਾਰੋਬਾਰ ਇਹਨਾਂ ਦਾ, ਹਲਵਾਈ ਦਾ ਕੰਮ ਕਰਦੇ ਆ। ਸਭ ਤੋਂ ਵੱਡੀ ਗੱਲ ਆ, ਇਹਨਾਂ ਵੱਲੋਂ ਕਚੌੜੀਆਂ ਵੀ ਕੱਢੀਆਂ ਜਾਂਦੀਆਂ। ਪਹਿਲੇ ਮੇਰੇ ਦਾਦਾ ਜੀ ਕਰਦੇ ਸੀ, ਮੇਰੇ ਫਾਦਰ ਸਾਹਿਬ ਵੀ ਕਰ ਰਹੇ ਆ, ਤੇ ਉਹਨਾਂ ਨੇ ਨਾਲ ਮੈਨੂੰ ਆਪਣੇ ਨਾਲ ਮੇਰੇ ਛੋਟੇ ਬ੍ਰਦਰ ਨੂੰ ਵੀ ਲਾਇਆ। ਅੱਛਾ, ਇਹਨੂੰ ਬੜੀ ਇੱਕ ਸਪੈਸ਼ਲ ਜਿਹੀ ਡਿਸ਼ ਕਿਹਾ ਜਾਂਦਾ ਹੈ ਨਾ? ਹਾਂਜੀ, ਇੱਕ ਬਹੁਤ ਸਪੈਸ਼ਲ ਹੈ ਕਿਉਂਕਿ ਸਾਉਣ ਮਹੀਨੇ ਦੇ ਵਿੱਚ ਮਿਲਦੀ ਹੈ, ਅੱਗੇ ਪਿੱਛੇ ਤੇ ਮਿਲਦੀ ਨਹੀਂ। ਹਾਂਜੀ, ਅੱਛਾ, ਕੀ ਕਾਰਨ ਸਮਝਦੇ ਕਿਉਂ ਸਾਉਣ ਮਹੀਨੇ ਦੇ ਵਿੱਚ ਇਹ ਨੂੰ ਚੀਜ਼ਾਂ ਬਣਾਈਆਂ ਨੇ? ਜਿਸ ਤਰ੍ਹਾਂ ਉਹਨਾਂ ਨੇ ਬਣਾਈਆਂ ਉਸ ਤਰ੍ਹਾਂ ਹੀ ਅਮਲ ਕਰਨੇ ਪਏ ਆ, ਉਹਨਾਂ ਦੇ ਨਕਸ਼ੇ ਕਦਮਾਂ ਤੇ ਤੁਰੀ ਜਾਂਦੇ ਪਏ ਆ। ਚੀਨੀ ਦੇ ਨਾਲ ਹੁੰਦੇ ਆ ਤਿਆਰ ਜੀ, ਸਿਰ ਚਾਵਲ ਤੇ ਚੀਨੀ ਹੁੰਦਾ, ਬਸ ਹੋਰ ਕੁਛ ਨਹੀਂ ਹੁੰਦਾ। ਕੁਛ ਨਹੀਂ ਹੁੰਦਾ ਜੀ, ਚਾਵਲਾਂ ਦੇ ਬੰਦੇ ਆ। ਚਾਵਲ ਦੇ ਲੋਕ ਫਿਰ ਕਿੱਦੋਂ ਲੈਣ ਆਉਂਦੇ ਤੁਹਾਡੇ? ਲੋਕ ਬੜੀ ਬੜੀ ਦੂਰੋਂ ਆਉਂਦੇ ਆ ਜੀ ਲੈਣ, ਉਹਨਾਂ ਵੇਖੋ ਤੁਹਾਡੇ ਸਾਹਮਣੇ ਬਣ ਰਹੇ ਆ, ਤੇ ਆਸਟ੍ਰੇਲੀਆ ਜਾਣੇ ਆ, ਅੱਛਾ ਜੀ, ਕੈਨੇਡਾ ਜਾਣੇ ਆ, ਅੱਛਾ, ਜਿਨ੍ਹਾਂ ਦੇ ਬੱਚੇ ਬਾਹਰ ਗਏ ਦੇ ਆ, ਉਹਨਾਂ ਨੇ ਆਪਣੇ ਫਾਦਰ ਸਾਹਿਬ ਨੂੰ ਰਿਕੁਐਸਟ ਕੀਤੀ ਆ ਕਿ ਸਾਨੂੰ ਅੰਦਰਸੇ ਤੇ ਮਾਲ ਕੂੜੇ ਭੇਜੋ। ਚਾਰ ਤੋਂ ਪੰਜ ਦਿਨ ਹੀ ਕਿਉਂ ਕੱਢੇ ਜਾਂਦੇ ਆ? ਜੇ ਚਾਰ ਐਤਵਾਰ ਆਉਂਦੇ ਆ 4 ਦਿਨ, ਤੇ ਜੇ 5 ਐਤਵਾਰ ਆਣਗੇ ਤੇ 5 ਦਿਨ, ਇਹ ਕਿਉਂ ਇਸ ਤਰੀਕੇ ਨਾਲ ਹੁੰਦਾ? ਭਾਜੀ, ਜਿਨ੍ਹਾਂ ਦੀਆਂ ਬੇਟੀਆਂ ਜਿਨ੍ਹਾਂ ਨੇ ਸਾਡੇ ਸ਼ਹਿਰ 'ਚ ਵਿਆਹੀਆਂ ਹੁੰਦੀਆਂ ਬਾਹਰ, ਉਹ ਆਪਣੇ ਲੜਕੀਆਂ ਨੂੰ ਤਿਉਹਾਰ ਦਿੰਦੇ ਆ, ਜਿਵੇਂ ਅਸੀਂ ਕਰਵਾ ਚੌਥ ਦਾ ਤਿਉਹਾਰ ਦਿੰਦੇ ਆ, ਐਵੇਂ ਸਾਵੇਂ ਦਾ ਤਿਉਹਾਰ ਦਿੱਤਾ ਜਾਂਦਾ ਆਪਣੀਆਂ ਬੇਟੀਆਂ ਨੂੰ। ਉਸ ਕਰਕੇ ਫਿਰ ਤਿਉਹਾਰ ਜਿਹੜਾ ਐਤਵਾਰ ਹੁੰਦਾ, ਸਾਵਾਂ ਐਤਵਾਰ ਹੀ ਹੁੰਦਾ, ਤੇ ਐਤਵਾਰ ਹੀ ਮਿਲਦੇ ਆ। ਪਹੁੰਚੇ ਹਾਂ ਬਟਾਲਾ ਦੀਆਂ ਤੰਗ ਗਲੀਆਂ ਦੇ ਵਿੱਚ। ਤੰਗ ਗਲੀਆਂ ਦੇ ਵਿੱਚ ਕਿਉਂ ਪਹੁੰਚੇ ਹਾਂ, ਕੀ ਮਕਸਦ ਆ ਦਿਖਾਉਣ ਦੀਆਂ ਤੰਗ ਗਲੀਆਂ ਦਾ? ਇੱਕ ਦੁਕਾਨ ਆ, 150 ਸਾਲ ਦੇ ਕਰੀਬ ਪੁਰਾਣੀ ਦੁਕਾਨ ਆ, ਤੁਸੀਂ ਦੇਖ ਸਕਦੇ ਹੋ, ਪੀਨੇ ਹਲਵਾਈ ਦੇ ਨਾਂ ਤੇ ਜਾਣਿਆ ਜਾਂਦਾ, ਬਟਾਲਾ ਦੇ ਓਰੀ ਗੇਟ ਦੇ ਵਿੱਚ ਆ, ਭੰਡਾਰੀ ਮੁਹੱਲੇ ਦੇ ਬਾਰ ਬਾਰ। ਤੁਸੀਂ ਦੇਖ ਸਕਦੇ ਹੋ ਅੰਦਰੂਨੀ ਭੀੜ ਭਾੜ ਵਾਲਾ ਇਲਾਕਾ ਵਾ, ਤੰਗ ਗਲੀਆਂ ਵਾ। ਉਸ ਗਲੀਆਂ ਦੇ ਵਿੱਚ 150 ਸਾਲ ਪੁਰਾਣੀ ਦੁਕਾਨ ਆ। ਇਸ ਦੁਕਾਨ ਦੇ ਉੱਤੇ ਸਾਉਣ ਮਹੀਨੇ ਦੇ ਵਿੱਚ 4 ਤੋਂ 5 ਦਿਨ, ਯਾਨੀ ਕਿ ਜੇਕਰ ਸਾਉਣ ਮਹੀਨੇ ਦੇ ਵਿੱਚ 4 ਰਵੀਵਾਰ ਆਣਗੇ ਤਾਂ 4 ਦਿਨ, ਜੇ 5 ਆਣਗੇ ਤੇ 5 ਦਿਨ ਇੱਕ ਸ਼ੈ ਮਿਲੇਗੀ। ਸ਼ੈ ਕਹਿਣ ਦਾ ਮਕਸਦ ਆ ਕਿ ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੇ ਦਰਸ਼ਕਾਂ ਨੂੰ ਅਜੇ ਉਸ ਚੀਜ਼ ਦਾ ਪਤਾ ਨਹੀਂ, ਜੇਕਰ ਅਸੀਂ ਉਹਦਾ ਨਾਮ ਲਵਾਂਗੇ ਤਾਂ ਸ਼ਾਇਦ ਉਹਨਾਂ ਦੀ ਸਮਝ ਤੋਂ ਪਰੇ ਹੋਵੇ। ਉਸ ਨੂੰ ਕਹਿੰਦੇ ਨੇ ਅੰਦਰਸੇ, ਚੌਲਾਂ ਦਾ ਅੰਦਰਸੇ ਬੰਦੇ ਨੇ ਜਿਹੜੇ ਸਾਉਣ ਮਹੀਨੇ ਦੇ ਵਿੱਚ ਲੋਕ ਆਪਣੇ ਘਰ ਲੈ ਕੇ ਜਾਂਦੇ ਨੇ, ਆਪਣੇ ਰਿਸ਼ਤੇਦਾਰਾਂ ਨੂੰ ਭੇਜਦੇ ਨੇ। ਇਹ ਦੁਕਾਨ ਨੇ 150 ਸਾਲ ਦੇ ਕਰੀਬ ਪੁਰਾਣੀ ਦੁਕਾਨ ਆ, ਤਾਂ ਜ਼ਰੂਰ ਅਸੀਂ ਉੱਥੇ ਵੀ ਲੈ ਕੇ ਚੱਲਾਂਗੇ ਜਿੱਥੇ ਅੰਦਰਸੇ ਜਿਹੜੇ ਤਿਆਰ ਕੀਤੇ ਜਾਂਦੇ ਨੇ। ਚਾਵਲਾਂ ਦੇ ਅੰਦਰਸੇ ਬੰਦੇ ਨੇ, ਤਿਆਰ ਕਿਸ ਤਰੀਕੇ ਨਾਲ ਕੀਤੇ ਜਾਂਦੇ ਨੇ, ਕਿੰਨੀ ਮਿਹਨਤ ਉਸ ਨੂੰ ਲੱਗਦੀ ਹੈ। ਅਸੀਂ ਖਾਣੇ ਤੇ ਜ਼ਰੂਰ ਆਪਣੇ ਸਵਾਦ ਨਾਲ, ਬੜੇ ਸਵਾਦ ਨਾਲ ਘਰ 'ਚ ਖਾਵਾਂਗੇ, ਪਰ ਅੱਜ ਉਹਨਾਂ ਨੂੰ ਦੱਸੀਏ ਕਿ ਬੰਦੇ ਕਿੱਦਾਂ ਵਾ। ਸਭ ਤੋਂ ਵੱਡੀ ਗੱਲ ਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਤਾਂ ਛੱਡੋ, ਇਹ ਪੂਰੇ ਪੰਜਾਬ ਦੇ ਵਿੱਚ ਸ਼ਾਇਦ ਬਟਾਲੇ ਸ਼ਹਿਰ 'ਚੋਂ ਹੀ ਮਿਲਦੇ ਹੋਣਗੇ, ਇਸ ਤੋਂ ਇਲਾਵਾ ਹੋਰ ਕਿਤੋਂ ਨਹੀਂ ਮਿਲਦੇ। ਜਾਣਕਾਰੀ ਵੀ ਇਹਨਾਂ ਕੋਲ ਲਵਾਂਗੇ, ਦੁਕਾਨਦਾਰ ਕੋਲ। ਪ੍ਰਵੀਨ ਕੁਮਾਰ ਆ ਜਿਹੜੇ ਲਗਾਤਾਰ ਕੰਮ ਕਰਦੇ ਸੀ, ਪੁਰਖਾਂ ਦਾ ਕੰਮ ਆ, ਪਹਿਲਾਂ ਫਾਦਰ ਸਾਹਿਬ ਕਰਦੇ ਸੀ, ਉਸ ਤੋਂ ਪਹਿਲਾਂ ਦਾਦਾ ਜੀ ਕਰਦੇ ਸੀ। ਲਗਾਤਾਰ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਕਾਰੋਬਾਰ ਇਹਨਾਂ ਦਾ, ਹਲਵਾਈ ਦਾ ਕੰਮ ਕਰਦੇ ਆ।
ਸਭ ਤੋਂ ਵੱਡੀ ਗੱਲ ਆ ਇਹਨਾਂ ਵੱਲੋਂ ਕਚੋੜੀਆਂ ਵੀ ਕੱਢੀਆਂ ਜਾਂਦੀਆਂ ਜੋ ਕਿ ਬਟਾਲਾ ਸ਼ਹਿਰ ਦੇ ਵਿੱਚ ਇੱਕ ਨਾਮੀ ਦੁਕਾਨ ਹੈ, ਛੋਟੀ ਜਿਹੀ ਦੁਕਾਨ ਹੈ, ਭੀੜ ਭਾੜ ਵਾਲੀ ਗਲੀ ਹੈ, ਛੋਟੀ ਜਿਹੀ ਦੁਕਾਨ ਆ, ਤੰਗ ਗਲੀਆਂ ਵਾ, ਕਚੌੜੀਆਂ ਕੱਢੀਆਂ ਜਾਂਦੀਆਂ ਜਿਹੜੀਆਂ ਸਵੇਰੇ ਕੱਢਣੀਆਂ ਸ਼ੁਰੂ ਕਰਦੇ ਆ 7 ਵਜੇ ਦੇ ਕਰੀਬ ਤੇ 9:30 ਵਜੇ ਤੱਕ ਖਤਮ ਹੋ ਜਾਂਦੀਆਂ, ਜਾਣੀ ਕਿ 2 ਤੋਂ 2.5 ਘੰਟੇ ਦੇ ਵਿੱਚ ਫਿਨਿਸ਼ ਕਰਕੇ ਘਰ ਨੂੰ ਚਲੇ ਜਾਂਦੇ ਨੇ। ਇਸ ਤਰੀਕੇ ਨਾਲ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਇਸ ਪਰਿਵਾਰ ਤੇ ਕਿ ਲਗਾਤਾਰ ਆਪਣੇ ਬਾਪ ਦਾ ਜਿਹੜਾ ਕੀਤਾ ਉਸੇ ਤਰ੍ਹਾਂ ਉਹਨਾਂ ਨੇ ਬਰਕਰਾਰ ਰੱਖਿਆ, ਉਸੇ ਤਰ੍ਹਾਂ ਕਰ ਰਹੇ ਨੇ। ਕਿਉਂਕਿ ਅੱਜ ਕੱਲ੍ਹ ਨੌਜਵਾਨ ਦੀ ਗੱਲ ਕਰੀਏ ਤਾਂ ਨੌਜਵਾਨ ਕਰਕੇ ਰਾਜ਼ੀ ਨਹੀਂ ਅਜਿਹੇ ਕੰਮ, ਹੱਥੀਂ ਕੰਮ ਕਰਨਾ ਬੜਾ ਔਖਾ ਲੱਗਦਾ ਨੌਜਵਾਨਾਂ ਨੂੰ, ਪਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਉਸ ਨੌਜਵਾਨ ਵੱਲੋਂ ਆਪਣੇ ਪੁਰਖਾਂ ਦਾ ਕੰਮ ਜਿਹੜਾ ਵਾ ਬਰਕਰਾਰ ਰੱਖਿਆ ਵਾ ਉਸੇ ਤਰੀਕੇ ਨਾਲ ਕਰ ਰਹੇ ਨੇ, ਅੰਦਰਸੇ ਕੱਢੇ ਜਾਂਦੇ ਨੇ। ਗੱਲਬਾਤ ਸਾਂਝੀ ਕਰ ਲਾਂਗੇ ਭਾਈ ਸਾਹਿਬ। ਰਾਮ ਰਾਮ ਜੀ। ਅੱਛਾ ਪ੍ਰਵੀਨ ਜੀ, ਕਿੰਨੇ ਸਾਲ ਪੁਰਾਣੀ ਦੁਕਾਨ ਹੈ? ਪਹਿਲਾਂ ਤਾਂ ਇੱਥੋਂ ਸ਼ੁਰੂਆਤ ਕਰ ਲੈਂਦੇ ਆ। 150 ਸਾਲ ਜੀ। ਅੱਛਾ 150 ਸਾਲ। ਹਾਂਜੀ, 150 ਸਾਲ ਪੁਰਾਣੀ ਕਿਸ ਤਰੀਕੇ ਨਾਲ ਕਹਿੰਦੇ ਹੋ? ਪਹਿਲਾਂ ਕੌਣ ਕਰਦਾ ਸੀ ਕੰਮ? ਪਹਿਲੇ ਮੇਰੇ ਦਾਦਾ ਜੀ ਕਰਦੇ ਸੀ, ਮੇਰੇ ਫਾਦਰ ਸਾਹਿਬ ਵੀ ਕਰ ਰਹੇ ਆ ਤੇ ਉਹਨਾਂ ਨੇ ਨਾਲ ਮੈਨੂੰ ਆਪਣੇ ਨਾਲ ਮੇਰੇ ਛੋਟੇ ਬ੍ਰਦਰ ਨੂੰ ਵੀ ਲਾਇਆ ਨਾਲ। ਅੱਛਾ, ਇਹਨੂੰ ਬੜੀ ਇੱਕ ਸਪੈਸ਼ਲ ਜਿਹੀ ਡਿਸ਼ ਕਿਹਾ ਜਾਂਦਾ ਹੈ ਨਾ? ਹਾਂਜੀ, ਇੱਕ ਬਹੁਤ ਸਪੈਸ਼ਲ ਹੈ ਕਿਉਂਕਿ ਸਾਉਣ ਮਹੀਨੇ ਦੇ ਵਿੱਚ ਮਿਲਦੀ ਹੈ, ਅੱਗੇ ਪਿੱਛੇ ਤੇ ਮਿਲਦੀ ਨਹੀਂ। ਹਾਂਜੀ, ਅੱਛਾ ਕੀ ਕਾਰਨ ਸਮਝਦੇ ਕਿਉਂ ਸਾਉਣ ਮਹੀਨੇ ਦੇ ਵਿੱਚ ਇਹ ਦੁਕਾਨ? ਚੀਜ਼ਾਂ ਬਣਾਈਆਂ ਜੀ ਜਿਸ ਤਰ੍ਹਾਂ ਉਹਨਾਂ ਨੇ ਬਣਾਈਆਂ ਉਸ ਤਰ੍ਹਾਂ ਹੀ ਅਮਲ ਕਰਨੇ ਪਏ ਆ, ਉਹਨਾਂ ਦੇ ਨਕਸ਼ੇ ਕਦਮਾਂ ਤੇ ਤੁਰੀ ਜਾਂਦੇ ਪਏ ਆ। ਅੱਛਾ, ਤਿਆਰ ਫਿਰ ਇਸ ਨੂੰ ਕਿੱਦਾਂ ਕੀਤਾ ਜਾਂਦਾ? ਇਹ ਜੀ ਭਾਜੀ ਚਾਵਲ ਹੁੰਦੇ ਆ ਤੇ ਚੀਨੀ ਦੇ ਨਾਲ ਹੁੰਦੇ ਆ ਤਿਆਰ ਜੀ। ਸਿਰ ਚਾਵਲ ਤੇ ਚੀਨੀ ਹੁੰਦਾ, ਬਸ ਹੋਰ ਕੁਝ ਨਹੀਂ ਹੁੰਦਾ? ਕੁਝ ਨਹੀਂ ਹੁੰਦਾ ਜੀ, ਚਾਵਲਾਂ ਦੇ ਬੰਦੇ ਆ, ਚਾਵਲ ਦੇ ਜੀ। ਲੋਕ ਫਿਰ ਕਿੱਥੋਂ ਲੈਣ ਆਉਂਦੇ ਤੁਹਾਡੇ ਕੋਲ? ਲੋਕ ਬੜੀ ਬੜੀ ਦੂਰੋਂ ਆਉਂਦੇ ਆ ਜੀ ਲੈਣ, ਉਹਨਾਂ ਵੇਖੋ ਤੁਹਾਡੇ ਸਾਹਮਣੇ ਬਣ ਰਹੇ ਆ, ਇਹ ਆਸਟ੍ਰੇਲੀਆ ਜਾਣੇ ਆ, ਅੱਛਾ ਜੀ, ਕੈਨੇਡਾ ਜਾਣੇ ਆ, ਅੱਛਾ, ਜਿਨ੍ਹਾਂ ਦੇ ਬੱਚੇ ਬਾਹਰ ਗਏ ਦੇ ਆ ਉਹਨਾਂ ਨੇ ਆਪਣੇ ਫਾਦਰ ਸਾਹਿਬ ਨੂੰ ਰਿਕੁਐਸਟ ਕੀਤੀ ਆ ਕਿ ਸਾਨੂੰ ਅੰਦਰਸੇ ਤੇ ਮਾਲਪੂੜੇ ਭੇਜੋ, ਉਹਨਾਂ ਕਰਕੇ ਬਣਾ ਰਹੇ ਆ ਜੀ ਅਸੀਂ। ਜਿਹੜੇ ਕਿ ਵਿਦੇਸ਼ਾਂ ਤੱਕ ਜਾਂਦੀ ਫਿਰ ਇਥੋਂ? ਹਾਂਜੀ ਜਾਂਦੀ ਆ ਜੀ। ਇਸ ਤੋਂ ਇਲਾਵਾ ਗੁਰਦਾਸਪੁਰ ਜ਼ਿਲ੍ਹੇ 'ਚ ਹੋਰ ਵੀ ਕਿਤੇ ਮਿਲਦੇ ਆ? ਹਾਂਜੀ ਜੀ ਮਿਲਦੇ ਆ ਜੀ। ਅੱਛਾ, ਹੋ ਇਹ ਨਾਗਰੀ ਮਾਤਾ ਦੇ ਜਿਹੜੇ ਮੇਲੇ ਲੱਗਦੇ ਆ ਨਾ ਜਿਵੇਂ ਸ਼ਨੀਵਾਰ ਉਦੋਂ ਬਣਦੇ ਆ ਜੀ ਇਹ। ਅੱਛਾ, ਪੰਜਾਬ 'ਚ ਕਿਤੇ ਵਿਕਦੇ? ਪੰਜਾਬ 'ਚ ਜ਼ਿਲ੍ਹਾ ਗੁਰਦਾਸਪੁਰ 'ਚ, ਹੋਰ ਬਾਕੀ ਮੈਂ ਕਹਿ ਨਹੀਂ ਸਕਦਾ, ਜੇ ਬਣਦੇ ਹੋਣਗੇ 1-2 ਸ਼ਹਿਰ 'ਚ ਬਣਦੇ ਹੋਣਗੇ ਉਹ ਵੀ ਉੱਥੇ ਬਣਦੇ ਹੋਣਗੇ ਕਿ ਜਿਹੜੇ ਕਾਰੀਗਰ ਜ਼ਿਲ੍ਹੇ ਗੁਰਦਾਸਪੁਰ ਦੇ ਆ ਉਹ ਬਾਹਰ ਦੇ ਨਹੀਂ, ਬਿਹਾਰ ਬਿਹੂਰ ਦੇ ਯੂਪੀ ਦੇ ਨਹੀਂ ਜਿਹੜੇ ਕਾਰੀ, ਉਹਨਾਂ ਨੂੰ ਨਹੀਂ ਯਾਦ। ਅੱਛਾ, ਲੋਕ ਫਿਰ ਇੱਕ ਚੀਜ਼ ਦੱਸਿਓ ਕਿ ਸੌਣ ਮਹੀਨੇ ਦੇ ਵਿੱਚ 4 ਤੋਂ 5 ਦਿਨ ਹੀ ਕਿਉਂ ਕੱਢੇ ਜਾਂਦੇ ਆ? ਜੇ 4 ਐਤਵਾਰ ਆਉਂਦੇ ਆ 4 ਦਿਨ, ਤੇ ਜੇ 5 ਐਤਵਾਰ ਆਣਗੇ ਤੇ 5 ਦਿਨ, ਇਹ ਕਿਉਂ ਇਸ ਤਰੀਕੇ ਨਾਲ ਹੁੰਦਾ? ਭਾਜੀ ਜਿਨ੍ਹਾਂ ਦੀਆਂ ਬੇਟੀਆਂ ਜਿਨ੍ਹਾਂ ਨੇ ਸਾਡੇ ਸ਼ਹਿਰ 'ਚ ਵਿਆਹੀਆਂ ਹੁੰਦੀਆਂ ਬਾਹਰ, ਉਹ ਆਪਣੇ ਲੜਕੀਆਂ ਨੂੰ ਤਿਉਹਾਰ ਦਿੰਦੇ ਆ ਜਿਵੇਂ ਅਸੀਂ ਕਰਵਾ ਚੌਥ ਦਾ ਤਿਉਹਾਰ ਦਿੰਦੇ ਆ, ਐਵੇਂ ਸਾਵੇਂ ਦਾ ਤਿਉਹਾਰ ਦਿੱਤਾ ਜਾਂਦਾ ਆਪਣੀਆਂ ਬੇਟੀਆਂ ਨੂੰ, ਉਸ ਕਰਕੇ ਫਿਰ ਤਿਉਹਾਰ ਜਿਹੜਾ ਐਤਵਾਰ ਹੁੰਦਾ ਸਾਵਾਂ ਐਤਵਾਰ ਹੀ ਹੁੰਦਾ ਤੇ ਐਤਵਾਰ ਹੀ ਮਿਲਦੇ ਆ। ਤੇ ਅੱਗੇ ਪਿੱਛੇ ਫਿਰ ਤੁਸੀਂ ਵੀ ਨਹੀਂ ਕੱਢਦੇ ਨੇ? ਅੱਗੇ ਪਿੱਛੇ ਨਹੀਂ ਜੀ ਭਾਜੀ। ਅੱਛਾ, ਜੇਕਰ ਆਰਡਰ ਆ ਜਾਵੇ ਕੋਈ? ਆ ਵੇਖੋ ਤੁਹਾਡੇ ਸਾਹਮਣੇ ਕੱਢ ਰਹੇ ਆ ਆਰਡਰ, ਆਸਟ੍ਰੇਲੀਆ ਜਾਣਗੇ ਹੁਣ? ਹਾਂਜੀ, ਆਸਟ੍ਰੇਲੀਆ ਚੱਲਾਂਗੇ। ਹਾਂਜੀ। ਅੱਛਾ, ਫਿਰ ਮਟੀਰੀਅਲ ਕਿੱਦਾਂ ਦਾ ਵਰਤਿਆ ਜਾਂਦਾ ਤੁਹਾਡੇ ਲੋਕ? ਭਾਜੀ ਸਭ ਕੁਝ ਤੁਹਾਨੂੰ ਮੈਂ ਹੁਣੇ ਦਿਖਾ ਦਿੰਦਾ ਜੀ। ਇਹ ਵਿਖਾਓ ਹੁਣ ਕਿਹੜਾ ਕਿਹੜਾ ਮਟੀਰੀਅਲ ਕਿਹੜਾ ਵਰਤਦੇ? ਆਓ ਜੀ, ਜ਼ਰੂਰ ਅਸੀਂ ਮਟੀਰੀਅਲ ਵੀ ਦਿਖਾਵਾਂਗੇ ਨਾਲ ਦੀ ਨਾਲ ਕਿ ਕਿਸ ਤਰੀਕੇ ਦਾ ਮਟੀਰੀਅਲ ਇਹਨਾਂ ਨੂੰ ਵਰਤਿਆ ਜਾਂਦਾ, ਕਿਸ ਤਰੀਕੇ ਦਾ ਘਿਓ ਵਰਤਿਆ ਜਾਂਦਾ ਵਿੱਚ। ਆ ਵੇਖੋ ਜੀ, ਸਾਰਾ ਹੀ ਸੁਨਹਿਰੀ ਤੀਰ ਗੱਗਨ ਦਾ, ਗਿੰਨੀ ਦਾ ਰਿਫਾਇੰਡ ਤੇ ਰਾਮਾ ਦਾ ਤੇਲ। ਅੱਛਾ, ਸਟਾਕ ਇੱਕ ਵਾਰ ਲਿਆ ਕੇ ਰੱਖਿਆ? ਇਹ ਫਿਰ ਅਸੀਂ 10-15 ਦਿਨਾਂ ਦਾ ਸਾਨੂੰ ਲਿਆ ਕੇ ਰੱਖਣਾ ਪੈਂਦਾ, 10-15 ਦਿਨ ਨਿਕਲ ਜਾਂਦੇ ਜਿਹੜੀ ਕਿ ਨਿਕ ਸਟਾਕ ਦੇ ਨਾਲ। ਅੱਛਾ, ਮਿਹਨਤ ਇੰਨੀ ਲੱਗਦੀ ਹੈ, ਗਰਮੀ ਇੰਨੀ ਹੈ, ਮਿਹਨਤ ਇੰਨੀ ਆ, ਤਾਂ ਫਿਰ ਉਸ ਤੋਂ ਬਾਅਦ ਕੀ ਭਾਅ ਵੇਚਦੇ ਹੋ, ਕਿਸ ਤਰੀਕੇ ਨਾਲ ਇਹਦਾ ਰੇਟ ਸੈੱਟ ਕੀਤਾ ਦਾ ਤੁਸੀਂ? ਇਹਦਾ ਇਹੀ ਰੇਟ 50 ਰੁਪਏ ਪਾ, 200 ਰੁਪਏ ਕਿਲੋ ਸੈੱਟ ਕਿਤੇ ਦਾ, ਜੈਨੂਇਨ ਭਾਅ ਆ ਫਿਰ ਪਿਓਰ ਕੁਆਲਿਟੀ ਦੇ ਵਿੱਚ। ਅੱਛਾ, ਪਤਾ ਲੱਗਾ ਕਚੌੜੀਆਂ ਵੀ ਕੱਢਦੇ ਹੋ ਤੁਸੀਂ? ਹਾਂਜੀ ਜੀ, ਉਹ ਵੀ 2-2.5 ਘੰਟੇ ਬਾਅਦ ਕੰਮ ਖਤਮ ਕਰਕੇ ਘਰ ਚਲੇ ਜਾਂਦੇ? 2-2.5 ਘੰਟੇ ਲੱਗਦੇ ਆ ਜੀ, 10 ਵੱਜ ਜਾਂਦੇ ਆ, ਜਿਹੜਾ ਸੰਡੇ ਹੁੰਦਾ 11 ਵਜੇ ਤੱਕ ਪੀਆ ਰੱਖੇ ਦਾ,
ਪਰ ਗਾਹਕ ਸਾਨੂੰ 10:30 ਵਜੇ ਫਿਰ ਵੀ ਵਿਹਲੇ ਕਰ ਦਿੰਦਾ। ਅਸੀਂ ਕੋਸ਼ਿਸ਼ ਕਰਨੇ ਆ 11:30-12 ਵਜਣ, ਪਰ ਗ੍ਰਾਹਕ ਸਾਡਾ ਸਾਨੂੰ ਇੰਨਾ ਟਾਈਮ। ਅੱਜ ਕੱਲ ਦੇਖਿਆ ਜਾਣਾ ਨੌਜਵਾਨ ਜਿਹੜੇ ਨੇ, ਨੌਜਵਾਨ ਪੀੜ੍ਹੀ ਹੈ, ਪੁਰਖਾਂ ਦੇ ਕੰਮ ਕਰਕੇ ਰਾਜ਼ੀ ਨਹੀਂ। ਹੁਣ ਤੁਸੀਂ ਵੀ ਹੋ, ਤੁਸੀਂ ਵੀ ਕਰ ਰਹੇ ਭਾਜੀ। 1,00,000 ਰੁਪਇਆ ਲਾ ਕੇ ਇੱਕ ਮੈਨੇਜਮੈਂਟ ਦਾ ਕੋਰਸ ਕਰਨੇ ਆ, ਚੀਜ਼ਾਂ ਹੀ ਆ ਸਾਨੂੰ ਮੁਖ ਚ ਮਿਲੀ ਦੀ ਆ। ਅਸੀਂ ਉਹਨੂੰ ਵਿਰਾਸਤ ਨੂੰ ਸਾਂਭੇਦਾ, ਅਸੀਂ ਚਲਾਉਂਦੇ ਪਏ ਆ, ਬਣਾਉਂਦੇ ਪਏ ਆ। ਅੱਛਾ, ਕਿੰਨੇ ਭਰਾ ਹੋ ਘਰ ਚ? ਅਸੀਂ 2 ਬ੍ਰਦਰ ਆ। ਉਹ ਵੀ ਦੂਸਰੇ ਵੀ ਇਹੀ ਕੰਮ ਕਰਦੇ ਨਾਲ? 2-3 ਮਹੀਨੇ ਦਾ ਏਸੀ ਦਾ ਆਇਆ ਦਾ ਸੀਜ਼ਨ, ਏਸੀ ਦਾ ਕੰਮ ਕਰਦਾ, ਫਿਰ ਮੇਰੇ ਨਾਲ ਦੁਕਾਨ ਤੇ। ਅੱਛਾ, ਅੰਦਰਸਿਆਂ ਤੋਂ ਇਲਾਵਾ ਹੋਰ ਕੰਮ ਕੋਈ ਦੁਕਾਨ ਤੇ? ਹੋਰ ਜੀ, ਮਠਿਆਈਆਂ ਮਠੂਈਆਂ ਬਣਦੀਆਂ, ਜਿਵੇਂ ਭਾਜੀ ਭੁਜੀ ਹੋ ਗਈ, ਸੀਨੀ ਸ਼ੱਕਰ ਭਾਰੇ ਮੱਠੀਆਂ, ਹੋਰ ਹਰ ਤਰ੍ਹਾਂ ਦਾ ਆਰਡਰ ਆਉਂਦਾ। ਜਿਵੇਂ ਕਿਸੇ ਦੇ ਪਾਰਟੀ ਆ, ਉਹ ਸਾਨੂੰ ਜਿਵੇਂ ਸਮੋਸੇ, ਭਟੂਰੇ, ਸਪਰਿੰਗ ਰੋਲ, ਸਨੈਕਸ, ਕੇਵਲੇ ਰੈਡੀਮੇਡ ਰੋਟੀ ਸਾਡੀ ਦੁਕਾਨ ਤੋਂ ਹੀ ਤਿਆਰ ਹੋ ਕੇ ਜਾਂਦੀ ਹੈ। ਸਾਡਾ ਭਲਾ ਹੈ। ਅੱਛਾ, 150 ਸਾਲ ਪੁਰਾਣੀ ਦੁਕਾਨ ਇਦਾਂ ਹੀ ਚੱਲੀ ਜਾਂਦੀ ਹੈ। ਹਾਂਜੀ ਹਾਂਜੀ। ਅਪਰੇ ਮੈਂ ਜ਼ਰੂਰ ਚਾਹੂੰਗਾ ਇੱਕ ਵਾਰੀ ਤਸਵੀਰ ਦਿਖਾ ਦਾਂ ਕਿ ਕਿਸ ਤਰੀਕੇ ਨਾਲ ਚੌਲਾਂ ਤੋਂ ਤਿਆਰ ਕੀਤਾ ਜਾਂਦਾ। ਚੌਲ ਤੇ ਚੀਨੀ ਮਿਕਸ ਕਰਕੇ ਤਾਂ ਉਸ ਨੂੰ ਘਿਓ ਦੇ ਵਿੱਚ ਤਲਿਆ ਜਾਂਦਾ ਵਾ, ਫਰਾਈ ਕਰਕੇ, ਤੇ ਬਾਅਦ ਵਿੱਚ ਇਸੇ ਤਰੀਕੇ ਨਾਲ ਉਹਦੀ ਪੈਕਿੰਗ ਕਰਕੇ ਤਾਂ ਵੇਚਿਆ ਜਾਂਦਾ। ਬਹੁਤ ਦੂਰੋਂ ਦੂਰੋਂ ਲੋਕ ਲੈਣ ਆਉਂਦੇ ਨੇ। ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਦੱਸਿਆ ਕਿ ਇਹ ਆਸਟ੍ਰੇਲੀਆ ਦਾ ਆਰਡਰ ਸੀ, ਆਸਟ੍ਰੇਲੀਆ ਜਾਣੇ, ਯਾਨੀ ਕਿ ਵਿਦੇਸ਼ਾਂ ਤੱਕ ਇਹਨਾਂ ਦੀ ਇਹ ਮਠਿਆਈ ਜਾਂਦੀ ਹੈ ਅੰਦਰਸੇ। ਮੇਰਾ ਸ਼ਹਿ ਕਹਿਣ ਦਾ ਮਤਲਬ ਇਹ ਸੀ ਕਿ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਸੀ ਕਿ ਅੰਦਰਸੇ ਕਹਿੰਦੇ ਕਿਹਨੂੰ ਆ। ਸ਼ਹਿ ਇਸ ਕਰਕੇ ਗਿਆ ਸੀ, ਇੱਕ ਸਪੈਸ਼ਲ ਚੀਜ਼ ਸੀ, ਇੱਕ ਸਪੈਸ਼ਲ ਚੀਜ਼ ਜਦੋਂ ਹੋਏਗੀ ਤਾਂ ਉਹਨੂੰ ਸ਼ਹਿ ਹੀ ਕਹਾਂਗੇ, ਕਿ ਇੱਕ ਵੱਖਰੀ ਜਿਹੀ ਸ਼ਹਿ ਵਿਖਾਵਾਂਗੇ ਤੁਹਾਨੂੰ। ਅੱਜ ਉਸੇ ਤਰੀਕੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਕਿਸ ਤਰੀਕੇ ਦੀ ਸ਼ਹਿ ਆ ਜਿਹੜੀ ਤਿਆਰ ਕਰਕੇ ਸਾਵਣ ਦੇ ਮਹੀਨੇ 'ਚ ਹੀ ਤਿਆਰ ਹੁੰਦੀ ਹੈ, ਤਾਂ ਸਾਵਣ ਮਹੀਨਾ ਜਦੋਂ ਖਤਮ ਹੋ ਜਾਏਗਾ ਤਾਂ ਉਸ ਤੋਂ ਬਾਅਦ ਬਿਲਕੁਲ ਇਹਨਾਂ ਨੇ ਇਹ ਵੀ ਬੰਦ ਕਰ ਦੇਣਾ। ਚੌਲਾਂ ਨਾਲ ਤਿਆਰ ਹੁੰਦੀ ਹੈ, ਦੂਰੋਂ ਦੂਰੋਂ ਲੋਕ ਲੈਣ ਆਉਂਦੇ ਨੇ, ਆਪਣੇ ਰਿਸ਼ਤੇਦਾਰਾਂ ਨੂੰ ਭੇਜਦੇ ਨੇ ਲੈ ਕੇ, ਆਪਣੇ ਬੱਚੇ ਜਿਹੜੇ ਬਾਹਰ ਚਲੇ ਗਏ ਨੇ ਵਿਦੇਸ਼ਾਂ 'ਚ ਉਹਨਾਂ ਤੱਕ ਵੀ ਇਸ ਮਠਿਆਈ ਨੂੰ ਭੇਜਿਆ ਜਾਂਦਾ। ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਕੁੰਡਲ, ਡੇਲੀ ਪੋਸਟ ਪੰਜਾਬੀ, ਗੁਰਦਾਸਪੁਰ।